असलम एफ एस इंटरव्यूज के साथ मैं हूँ फैसल अंसारी इस वक्त मैं मौजूद हूँ सलाम नगर बकर मंडी में तो हमारे पास इस वक्त ऊँट मौजूद है ऊँट के जो मालिक हैं वो हमारे साथ बैठे हैं आइए इनसे से बात करते हैं असल जनाब की आगे? क्या क्या ठीक हो खैर से ठीक है कि सफर तो तक तीन सौ किलोमीटर चार सौ पाँच छः सौ किलोमीटर 560 ਕਿਲੋ ਦੂਰੇ ਹਾਂਜੀ ਅੱਛਾ ਇਸ ਟਾਈਮ ਉਂਟ ਹੈ ਕੋਈ ਨਾ ਕੋਈ ਨਾਮ ਕੋ ਰੱਖਿਆ ਪਸੰਦ ਉਹ ਮੜੇਚਾ ਉਟ ਹੈ ਮੜੇਚਾ ਰੋਹੀਦਾ ਰੋਹੀਦਾ ਹਾਂ ਰੋਹੀਦਾ ਮੜੇਚਾ ਇਹਦੀ نسل ਕਿਹੜੀ ਹੈ ਰੋਹੀ ਰੋਹੀ ਨਸਲ ਹਾਂ ਹਾਂ ਰੋਹੀ ਨਸਲ ਕੋਈ ਦੀ ਪਹਿਚਾਨ ਕੀ ਅਗਰ ਰੋਹੀ ਵੇਖਣੀ ਹੈ ਮੜੇਚੇ ਉਹਨਾਂ ਸੋਹਣੇ ਉਹਨਾਂ ਕੰਨ ਬਹੁਤ ਜਿਆਦਾ ਸੋਹਣਾ ਠੀਕ ਹੈ ਹਾਂ ਮੜੇਚਾ ਉਟ ਹੈ ਹਾਂਜੀ ਇਹਦਾ ਤੁਸੀਂ ਸਾਨੂੰ ਦੱਸੋ ਕਿ ਜੈਜ ਜੈ ਕੀ ਰੇਡ ਲਵੋਗੇ ਇਹਦਾ ਜੈਜ ਜੈ ਰੇਡ ਲੱਲੇ ਮੈਂ ਯਾਰ ਤੁਸੀਂ ਪੈਸੇ ਲੈਣੇ ਨੇ ਨਾ ਉਸ ਤੁਸੀਂ ਸਾਨੂੰ ਦੱਸੋ 10 ਲੱਖ ਥੱਲੇ ਨਹੀਂ ਵਿਕਦਾ ਇਹ दसलाऊ ਥੱਲੇ ਨਹੀਂ ਵਿੱਚ ਨਹੀਂ ਵੀਰਾ ਆਖਰੀ ਰੇਟ ਹੈ ਹਾਂਜੀ ਅੱਛਾ ਤੇ ਇਹਨਾਂ ਦਾ ਵਜ਼ਨ ਕਿੰਨਾ ਹੈ ਵਜ਼ਨ ਤਕਰੀਬਨ 20 ਮਣੇ ਵਜ਼ਨ ਰਦਾ 20 ਮਣ ਮਣ ਹਾਂ 20 ਮਣ ਗੋਸ਼ਤ ਦਾ ਵਜ਼ਨ ਹੈ ਅੱਛਾ ਹਾਂਜੀ ਤੇ ਇਹਨਾਂ ਦੀ ਪਸੰਦ ਦੀ ਜਿਹੜੀ ਖੁਰਾਕ ਹੈ ਇਹਨਾਂ ਦਾ ਖਾਣਾ ਹੈ ਉਹ ਕੀ ਰਹਾ ਕਿਹੜਾ ਪੱਠੇ ਪਾਲੋ ਜਾਂ ਜੰਝਣ ਪਾਲੋ ਚਰੀ ਪਾਲੋ ਇਹ ਖਾਂਦੇ ਨੇ ਅੱਛਾ ਹਾਂਜੀ ਤੇ ਕਿੰਨੇ ਕੁ ਦਿਨ ਭੁੱਖੇ ਰਹਿ ਸਕਦੇ ਨੇ ਭੁੱਖ ਬਰਦਾਸ਼ਤ ਕਰ ਸਕਦੇ ਇਹ 8 ਦਿਨ ਹੀ ਕਰ ਸਕਦੇ ਨੇ ਅੱਛਾ ਹਾਂ ਔਰ ਜਿਹੜਾ ਤਾਂ 8 ਦਿਨ ਪਾਣੀ ਨਾ ਮਿਲੇ ਔਰ ਪੱਠੇ ਨਾ ਮਿਲੇ ਬਰਦਾਸ਼ਤ ਕਰ ਸਕਦਾ 8 ਦਿਨ 8 ਦਿਨ ਤੇ ਪਾਣੀ ਕਿੰਨਾ ਕੋ ਸਟੋਰ ਕਰ ਲੈਂਦੇ ਆਪਣੇ ਕੋਲ ਕਿੰਨਾ ਰੱਖ ਲੈਣੇ ਪਾਣੀ ਹੁਣ ਪੀਣ ਵਾਸਤੇ ਚੰਗਾ ਬਰਾ ਸਟੋਰ ਕਰ ਦੇ ਦੋ ਮਹੀਨ ਤਿੰਨ ਮਹੀਨ ਪਾਣੀ ਸਟੋਰ ਹੀ ਕਰ ਲੈਂਦੇ ਪੀ ਲੈਂਦੇ ਨੇ ਹਾਂ ਪੀ ਲੈਂਦੇ ਨੇ ਅੱਛਾ ਹਾਂਜੀ ਪਾਣੀ ਤੋਂ ਬਿਨਾਂ ਕਿੰਨੇ ਕੋ ਦਿਨ ਤੱਕ ਜ਼ਿੰਦਾ ਰਹਿ ਸਕਦੇ ਪਾਣੀ ਤੋਂ ਬਿਨਾਂ ਰਹਿ ਸਕਦੇ 8 ਦਿਨ ਰਹਿ ਸਕਦੇ ਓਟ 8 ਦਿਨ 8 ਦਿਨ ਅਸੀਂ ਤੇ ਸੁਣਿਆ 15 16 ਦਿਨ ਰਹਿ ਸਕਦੇ 15 16 ਦਿਨ ਵੀ ਰਹਿ ਸਕਦਾ ਹਾਂ ਰੋਹੀ ਦੀ ਵਜ੍ਹਾ ਨਾਲ ਕਸ਼ਮੀਰ ਮਿਲਦੀ ਛੋ ਤੇ ਇਹ ਵਧ ਰਹੇ ਅੱਛਾ ਐਨ ਆਪਣਾ نسل ਦੀ ਕਿੰਨੇ ਕੋ ਹਾਈਟ ਇੰਦੀ ਕਿੰਨੇ ਕੋ ਹਾਈਟ ਇੰਦੀ ਤਕਰੀਬਨ ਵਜ਼ਨ ਤਾਂ ਬੜਾ ਉੱਡਦਾ 10 11 ਹੈ 10 10 ਫੁੱਟ ਜਾਂ 11 ਫੁੱਟ ਲੰਬਾਈ ਹੈ ਜੀ ਹਾਂ ਯਾਰ 12 ਫੁੱਟ 12 ਫੁੱਟ ਹਾਂ ਇੱਕ ਹੀ ਲੈ ਕੇ ਆਏ ਹੋ ਕਿ ਬਗੈਰ ਸੇਲ ਕਰ ਦਿੱਤੇ ਨੇ ਨਹੀਂ ਹਾਂ ਇੱਕ ਦੋ ਵੇਗਨ ਉਹ ਵੇਚ ਦਿੱਤੇ ਨੇ ਹਾਂ ਜੀ ਉਹ ਕਿਹੜੇ ਰੇਟ ਤੇ ਵਿਕੇ ਉਹ 8 ਲੱਖ ਦਾ ਕੋਈ 10 ਲੱਖ ਦਾ ਕੋਈ 15 ਲੱਖ ਦਾ ਵਿੱਚ ਇੱਕ ਅੱਛਾ ਹਾਂ ਜੀ ਉਹ ਰਸਤੇ ਚ ਆਏ ਹੋ ਕੋਈ ਮਸਲਾ ਮਸਲਾ ਨਹੀਂ ਕੋਈ ਨਹੀਂ ਹੋਇਆ ਕੋਈ ਮਸਲਾ ਨਹੀਂ ਕੋਈ ਨਹੀਂ ਇੰਤਜ਼ਾਮੀਅਤ ਹੈ ਠੀਕ ਠੀਕ ਹੈ ਇੰਤਜ਼ਾਮ ਕਿਸੇ ਚੀਜ਼ ਦਾ ਮਸਲਾ ਨਹੀਂ ਕੋਈ ਨਹੀਂ कोई नीला जेडे अपना जनाब वेखणा ने इन्हों को मैसेज देना यानी चाहते दे। हो बस करते ठीक है देना दे? मंडी आन एक जानवर खरीद आन तो सही रेट अच्छे चंगा जेडाट रेट अच्छे लगे खर्चा कौन बेहतरीन काम आई चटी चपाटी कौन है ठीक रह गए माल विक वि ठीक होना पे सारा कारोबार ठीक रहा ठीक है बहुत शुक्रिया अपने मेजबान फैसल अंसारी को कैमरा मैन अंसारी को साथ इजाजत दीजिए फी मान